ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਬਾਬਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਡੇ ਵਾਸਤੇ ਮੋਗਾ ਸ਼ਹਿਰ ਦੇ ਵਿੱਚ ਲੈ ਕੇ ਆਏ ਹਾਂ ਘਰ 2 ਮਰਲਿਆਂ ਦਾ ਬਹੁਤੀ ਭੈਣ ਭਰਾਵਾਂ ਨੇ ਕਿਹਾ ਸੀਗਾ ਕਿ ਭਾਈ ਜੀ ਕੋਈ ਛੋਟਾ ਘਰ ਹੋਇਆ ਤਾਂ ਦੱਸਿਓ ਸੋ ਰੋਟੀ ਕੱਪੜਾ ਔਰ ਮਕਾਨ ਦੀ ਹਰ ਇੱਕ ਭੈਣ ਭਰਾ ਨੂੰ ਜ਼ਰੂਰਤ ਹੁੰਦੀ ਹੈ ਸੋ ਪ੍ਰਮਾਤਮਾ ਸਭ ਦੇ ਸਿਰਾਂ ਤੇ ਜਿਹੜੀ ਹੈ ਛੱਤ ਉਹ ਨਸੀਬ ਹੋਵੇ ਘਰ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਪ੍ਰਾਪਤ ਹੋਵੇ ਸੋ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਜੀ 2 ਮਰਲੇ ਵਿੱਚ ਇਹ ਘਰ ਬਣਿਆ ਹੋਇਆ। ਔਰ ਇਹ ਆ ਇਸ ਘਰ ਦੀ ਰਸੋਈ। ਜਗ੍ਹਾ ਦੇ ਹਿਸਾਬ ਦੇ ਨਾਲ ਵੀ ਬਹੁਤ ਹੀ ਸੋਹਣੇ ਨਕਸ਼ੇ ਦੇ ਨਾਲ ਘਰ ਬਣਿਆ ਹੋਇਆ। ਸਾਰੇ ਘਰ ਦੇ ਵਿੱਚ ਪੱਥਰ ਲੱਗਿਆ ਹੋਇਆ। ਦਰਵਾਜ਼ੇ ਲੱਗੇ ਹੋਏ ਆ। ਸੋ 2 ਬੈੱਡਰੂਮ ਇਸ ਘਰ ਦੇ ਵਿੱਚ ਬਣੇ ਹੋਏ ਆ। ਤੁਸੀਂ ਦੇਖ ਸਕਦੇ ਹੋ। ਇਹ ਆ ਪਹਿਲਾ ਬੈਡਰੂਮ ਸੋ ਇਸ ਬੈਡਰੂਮ ਦੇ ਨਾਲ ਲੈਟਰਨ ਬਾਥਰੂਮ ਵੀ ਅਟੈਚ ਆ ਬਹੁਤ ਹੀ ਵਧੀਆ ਕਰ ਬਣਿਆ ਹੋਇਆ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਜਿੰਨਾ ਵੀਰ ਭਰਾਵਾਂ ਨੇ ਘਰ ਖਰੀਦਣਾ ਜਾਂ ਵੇਚਣਾ ਉਹਨਾਂ ਵਾਸਤੇ ਬਹੁਤ ਹੀ ਆਸਾਨੀ ਹੋ ਜਾਂਦੀ ਹੈ ਘਰ ਖਰੀਦਣ ਜਾਂ ਕਰ ਵੇਚਣ ਵਿੱਚ ਔਰ ਜੇਕਰ ਇਸ ਘਰ ਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ ਇਸ ਘਰ ਦੀ ਡਿਮਾਂਡ 7 ਲੱਖ ਰੱਖੀ ਗਈ ਹੈ ਜੀ ਇਸ ਘਰ ਦੀ ਡਿਮਾਂਡ 7 ਲੱਖ ਰੱਖੀ ਗਈ ਹੈ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ ਥੋੜੀ ਬਹੁਤੀ ਜਿੰਨੀ ਵੀ ਹੋ ਸਕਦੀ ਹੈ ਸੋ ਜਿੰਨਾ ਵੀਰਪ੍ਰਾਵਾ ਨੇ 2 ਮਰਲੇ ਵਿੱਚ ਬਣਿਆ ਹੋਇਆ ਘਰ ਖਰੀਦਣਾ ਜੋ ਵੀ ਸਾਡਾ ਨੰਬਰ ਡਿਸਪਲੇ ਤੇ ਦਿੱਤਾ ਹੋਇਆ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਘਰ ਨੂੰ ਖਰੀਦ ਸਕਦੇ ਹੋ। ਪਰ ਜੇਕਰ ਤੁਸੀਂ ਵੀ ਆਪਣਾ ਘਰ ਵੇਚਣਾ ਜਾਂ ਖਰੀਦਣਾ ਚਾਹੁੰਦੇ ਹੋ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਜਰੂਰ ਕਰਿਓ। ਜਿੰਨਾ ਵੀਰ ਭਰਾਵਾਂ ਨੇ ਘਰ ਵੇਚਣਾ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ। ਸਾਨੂੰ ਵੀਡੀਓ ਬਣਾ ਕੇ ਮੋਬਾਈਲ ਨੂੰ ਰਿਡਾ ਕਰਕੇ ਵੀਡੀਓ ਬਣਾਓ ਤੇ ਸਾਨੂੰ ਭੇਜੋ। ਐਡ ਬਿਲਕੁਲ ਆਪਾਂ ਥ੍ਰੀ ਵਿੱਚ ਲਗਾਵਾਂਗੇ ਤੁਹਾਡੀ ਸੋ ਤੁਸੀਂ ਦੇਖ ਰਹੇ ਹੋ ਮੋਗਾ ਸ਼ਹਿਰ ਦੇ ਵਿੱਚ ਦੋ ਮਰਲਿਆਂ ਵਿੱਚ ਬਣਿਆ ਹੋਇਆ ਇਹ ਘਰ ਦੋ ਬੈੱਡਰੂਮ ਬਣੇ ਹੋਏ ਆ ਜੀ ਰਸੋਈ ਆ ਲਾਇਟਰੀਂਗ ਬਾਥਰੂਮ ਆ ਔੜੀਆਂ ਚੜੀਆਂ ਹੋਈਆਂ ਸੋ ਦੇਖਦੇ ਹਾਂ ਉੱਪਰ ਤੋਂ ਜੇ ਉੱਪਰ ਵੀ ਬੈਡਰੂਮ ਬਣਾਉਣਾ ਤਾਂ ਇੱਕ ਛੋਟੇ ਜਿਹੇ ਪਰਿਵਾਰ ਦੀ ਬਹੁਤ ਵਧੀਆ ਰਹਿਸ਼ ਹੋ ਸਕਦੀ ਹੈ। ਗਲੀ ਜਿਹੜੀ ਹੈ ਇਸਕਰ ਨੂੰ 22 ਫੁੱਟ ਲੱਗਦੀ ਹੈ ਕਾਫੀ ਖੁੱਲੀ ਡੁੱਲੀ ਗਲੀ ਹੈ ਔਰ ਕਾਫੀ ਵਧੀਆ ਏਰੀਆ। ਕਿ ਵੀਰਨਗਰ ਦੇ ਵਿੱਚ ਇਹ ਘਰ ਹੈਗਾ ਜੀ। ਜਿਸ ਵੀ ਵੀਰ ਭਰਾ ਨੇ ਇਹ ਘਰ ਨੂੰ ਖਰੀਦਣਾ ਹੋਵੇ ਤੁਸੀਂ ਕੰਟੈਕਟ ਕਰ ਸਕਦੇ ਹੋ। ਕਿ ਵੀਰਨਗਰ ਹੈ ਜੀ ਆਪਣੇ ਕੋਟਕਪੂਰਾ ਬਾਈਪਾਸ ਦੇ ਵੀ ਬਿਲਕੁਲ ਨੇੜੇ ਆ। ਔਰ ਕਾਫੀ ਵਧੀਆ ਏਰੀਆ ਜਿਸ ਵੀ ਵੀਰ ਭਰਾ ਨੇ ਟਰਨ ਖਰੀਦਣਾ ਹੋਵੇ ਦੋ ਮਰਲਿਆਂ ਵਿੱਚ ਬਣਿਆ ਹੋਇਆ ਇੱਕ ਘਰ ਦੋ ਬੈਡਰੂਮ ਵਾਲਾ ਬਹੁਤ ਹੀ ਵਧੀਆ ਰਹਿਣ ਬਸੇਰਾ ਬਣ ਸਕਦਾ